बसमिल्ला रहमान रहीम असलकुम दोस्तों देखो माशाल्लाह माशाल्लाह कैसा जबरदस्त सर साग आला पराठा पका चलो रेसिपी तरफ जाने बिमिल्ला रहमान रहीम देखो मैं एक पेड़ा ला लिया लम्बे रुख वेल के उ मक्खन ला लेना अच्छी तरह क्योंकि साढ़ा घर का मक्खन माशाल्लाह सा मौजूद तुम कुकिकिंग ऑयल ला लो ए फिर साग ला लेना साग आला पराठा पकाने लिये थोड़ा कैड़ा होना चाहिए ਫਿਰ ਇਹ ਇੱਕ ਤੁਹਾਡਾ ਪਰਾਠਾ ਨਾ ਟੁੱਟੂਗਾ ਅਸੀਂ ਇਹਦੇ ਵਿੱਚ ਕੋਈ ਵੇਲਣਾ ਵਗਾਰਾ ਨਹੀਂ ਇਸਤੇਮਾਲ ਕਰਨਾ ਸਾਗ ਲਾ ਕੇ ਆ ਦੇਖੋ ਇਹਨੂੰ ਪੇੜੇ ਨੂੰ ਕਮਾਈ ਆਉਣਾ ਹੈ ਥੋੜਾ ਥੋੜਾ ਨੱਪੀ ਆਉਣਾ ਹੈ ਫਿਰ ਕਰਕੇ ਉੱਤੋਂ ਨੱਪ ਦੇਣਾ ਇਹਨੂੰ ਇਹ ਦੇਖੋ ਇਸ ਤਰੀਕੇ ਨਾਲ ਦੇਖੋ ਮਾਸ਼ੱਲਾ ਇਹਦਾ ਪੇੜਾ ਬਣ ਗਿਆ ਹੁਣ ਇਹ ਦੇਖੋ ਇਹ ਤਿੰਨ ਪੇੜੇ ਮੈਂ ਕਰ ਲਿਆ ਹੁਣ ਆਪਾਂ ਰੋਟੀ ਦੀ ਤਰਫ ਚੱਲਦੇ ਹਾਂ ਪਹਿਲੋ ਇਹਦੀ ਛੋਟੀ ਟਿੱਕੀ ਵੇਲਨੀ ਆ ਦੇਖੋ ਦੇਖੋ ਛੋਟੀ ਟਿੱਕੀ ਵੇਲ ਲਈ ਹੁਣ ਮੈਂ ਇਹਨੂੰ ਪਕਾਉਣਾ ਹੈ ਅ ਤੇ ਦੇਖੋ ਮਾਸ਼ਾਅੱਲਾ ਇਹ ਮੈਂ ਬਿਲਕੁਲ ਕੋਈ ਵੇਲਣਾ ਵਗਾਰਾ ਨਹੀਂ ਇਸਤੇਮਾਲ ਕਰ ਲਿਆ ਤੁਹਾਡੇ ਸਾਹਮਣੇ ਦੇਖੋ ਮਾਸ਼ਾਅੱਲਾ ਕਿਹਦਾ ਜ਼ਬਰਦਸਤ ਸੜਾ ਸਾਗੜਾ ਪਰਾਠਾ ਪਕਾ ਦੇਖੋ ਮਾਸ਼ਾਅੱਲਾ ਇਹ ਚ ਮੈਂ ਕੋਈ ਵੇਲਣਾ ਵਗਾਰਾ ਨਹੀਂ ਇਸਤੇਮਾਲ ਕੀਤਾ ਹੁਣ ਇਹਦੇ ਸਾਈਡ ਚੇਂਜ ਕਰਨੀ ਆ ਦੇਖੋ ਮਾਸ਼ਾਅੱਲਾ ਕਿਸੇ ਪਾਸੇ ਕੋਈ ਮੋਰੀ ਵਗੈਰਾ ਨਹੀਂ ਗਈ ਅਕਸਰ ਲੋਕ ਹੁੰਦੇ ਉਹਨਾਂ ਦੇ ਪਰਾਠੇ ਮੋਰੀਆਂ ਹੁੰਦੀਆਂ ਹੁਣ ਦੇਖੋ ਦੂਸਰੇ ਪਾਸੇ ਇਹ ਫਿਰ ਮੈਂ ਥੱਲੇ ਤੇ ਇਹਦੇ ਮੱਖਣ ਲਾ ਦੇਣਾ ਅੱਛੀ ਤਰ੍ਹਾਂ ਮੱਖਣ ਲਾਉਣਾ ਹੈ ਅਸਾਡਾ ਮਾਸ਼ਾਅੱਲਾ ਘਰ ਦਾ ਮੱਖਣ ਆ ਤੜਕੋ ਕੁਕਿੰਗ ਆਇਲ ਮੌਜੂਦ ਹੈ ਕੁਕਿੰਗ ਆਇਲ ਲਾ ਲਓ ਮੱਖਣ ਮੌਜੂਦ ਹੈ ਮੱਖਣ ਲਾ ਲਓ ਜਿੰਨਾ ਜ਼ਿਆਦਾ ਲਾਉਂਗੇ ਉਨਾ ਜ਼ਿਆਦਾ ਟੇਸਟੀ ਹੋਊਗਾ ਜੇ ਚੈਨਲ ਤੇ ਜਨਾਬ ਨਵੇਂ ਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਨੂੰ ਇਨਬਦੂ ਤਾਂ ਕਿ ਉਹਨਾਂ ਲੇਟਸ ਵੀਰ ਸਨ ਟਾਈਮ ਤੇ ਮਿਲ ਜਾਵੇ ਦੇਖੋ ਮਾਸ਼ੱਲਾ ਕਿਹਦਾ ਜ਼ਬਰਦਸਤ ਇੱਕ ਸਾਈਡ ਪੱਕ ਗਈ ਹੈ ਦੇਖੋ ਮਾਸ਼ੱਲਾ ਆਹ ਦੇਖੋ ਦੂਸਰੀ ਸਾਈਡ ਵੀ ਤਕਰੀਬਨ ਤਕਰੀਬਨ ਪੱਕੀ ਥੋੜੀ ਬਹੁਤ ਕਸਰ ਰਹਿ ਗਈ ਹੈ ਅਤੇ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਸਾਡਾ ਸਾਰਾ ਪਰੌਠਾ ਤਿਆਰ ਹੋ ਗਿਆ ਦੇਖੋ ਮਾਸ਼ਾਅੱਲਾ ਕਿਹਦਾ ਜ਼ਬਰਦਸਤ ਇਹਦੇ ਵਿੱਚ ਮੈਂ ਕੋਈ ਵੇਲਣਾ ਵਗੈਰਾ ਨਹੀਂ ਇਸਤੇਮਾਲ ਕੀਤਾ ਅਕਸਰ ਲੋਕ ਹੁੰਦੇ ਵੇਲਣਾ ਇਸਤੇਮਾਲ ਕਰਦੇ ਆ ਤੇ ਫਿਰ ਵੀ ਉਹਨਾਂ ਦੇ ਪਰੌਠੇ ਟੁੱਟ ਜਾਂਦੇ ਆ ਦੇਖੋ ਮਾਸ਼ਾਅੱਲਾ ਕਿਹਦਾ ਜ਼ਬਰਦਸਤ ਸਾਡਾ ਵੇਲਣੇ ਤੋਂ ਬਗੈਰ ਹੀ ਪਰੌਠਾ ਪੱਕਾ ਹੈ ਤੁਹਾਡੇ ਸਾਹਮਣੇ ਮੈਂ ਪਕਾਇਆ ਕੋਈ ਵੇਲਣਾ ਵਗੈਰਾ ਨਹੀਂ ਇਸਤੇਮਾਲ ਕੀਤਾ ਹੁਣ ਮੈਨੂੰ ਬਹੁਤ-ਬਹੁਤ ਦੁਆਵਾਂ ਦੇ ਨਾਲ ਦੋ ਇਜਾਜ਼ਤ ਅੱਲਾ ਹਾਫਿਜ਼